ਗੁਰੂ ਰੂਪੀ ਸੰਗਤ ਦਸਮ ਪਿਤਾ ਦੀ ਬਖਸ਼ੀ ਸ਼ਾਨ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿੰਡ ਮੁੰਡੜੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬੈਠੇ ਹਾਂ। ਤੁਹਾਡੇ ਸਹਿਯੋਗ ਨਾਲ ਸਵੈਟਰਸ ਦਾ, ਸ਼ੂਜ਼ ਦਾ ਔਰ ਸੋਕਸ ਦਾ ਲੰਗਰ ਲੱਗ ਰਿਹਾ ਹਮੇਸ਼ਾ ਹੀ ਤਰ੍ਹਾਂ। 12 ਸਕੂਲ ਕਵਰ ਕਰ ਚੁੱਕੇ ਹਾਂ ਹਾਲੇ ਤੱਕ, ਔਰ 4 ਸਕੂਲ ਅੱਜ ਕਵਰ ਕਰ ਰਿਹਾ, ਮਤਲਬ ਕਿ ਟੋਟਲ 16 ਸਕੂਲ। ਇਹ 16 ਸਕੂਲ ਕਵਰ ਕਰਨ ਦੇ ਵਿੱਚ ਲਗਭਗ ਸਾਨੂੰ 20 ਦਿਨ ਲੱਗੇ ਹੈ, ਔਰ 1.5 ਲੱਖ ਰੁਪਏ ਦੇ ਕਰੀਬ ਇਹਦੇ ਉੱਪਰ ਸੇਵਾ ਲੱਗੀ ਹੈ। 1.5 ਲੱਖ ਰੁਪਏ ਮਤਲਬ ਕਿ ਲਗਭਗ 12-13 ਹਜ਼ਾਰ ਰੁਪਏ ਐਵਰੇਜ ਬੈਟਰੀ ਹੈ ਹਰੇਕ ਸਕੂਲ ਦੀ। ਸੋ ਤੁਸੀਂ ਸੋਚ ਸਕਦੇ ਹੋ 12-13 ਹਜ਼ਾਰ ਰੁਪਏ ਅਸੀਂ ਕਿੰਨੇ ਕੁ ਸੌਖੇ ਤਰੀਕੇ ਨਾਲ ਸਕੂਲਸ ਕਵਰ ਕਰ ਸਕਦੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸੀ, ਕੇਰਲਾ ਬਹੁਤ ਛੋਟੀ ਜਿਹੀ ਸਟੇਟ ਹੈ, 1162 ਕਰੋੜ ਰੁਪਏ ਉਹਨਾਂ ਦਾ ਐਜੂਕੇਸ਼ਨ ਬਜਟ ਹੈ, ਜਦਕਿ ਪੰਜਾਬ ਦਾ ਜੋ ਐਜੂਕੇਸ਼ਨ ਬਜਟ ਹੈ 1000 ਕਰੋੜ ਤੋਂ ਵੀ ਘੱਟ ਹੈ। ਇਸ ਗੱਲ ਨੂੰ ਨੋਟਿਸ ਕਰ ਲਿਓ, ਐਜੂਕੇਸ਼ਨ ਸਾਡੇ ਲਈ ਕਿੰਨੀ ਕੁ ਪ੍ਰਾਇਓਰਟੀ ਰੱਖਦੀ ਹੈ, ਇਹ ਤੁਹਾਨੂੰ ਸਟੇਟ ਗਵਰਨਮੈਂਟ ਦੀ ਪੋਲਿਸੀ ਆਪਣੇ ਆਪ ਦੱਸ ਰਹੀ ਹੈ। ਟੀਚਰ ਸਾਹਿਬਾਨ ਦੱਸ ਰਹੇ ਸੀਗੇ ਕਿ ਜੋ ਸਕੂਲ ਦੀ ਜੋ ਮੇਨਟੇਨੈਂਸ ਗ੍ਰਾਂਟ ਆਉਂਦੀ ਸੀ 15,000 ਰੁਪਏ, ਉਹਨੂੰ ਘਟਾ ਕੇ ਪਹਿਲਾਂ 5,000 ਕੀਤਾ ਗਿਆ, ਹੁਣ 3,350 ਰੁਪਏ ਹੈ। ਉਹ 3,350 ਰੁਪਏ ਵੀ 2015 ਤੋਂ ਬਾਅਦ ਨਹੀਂ ਆਈ। ਇਹ ਕੋਈ ਏਲੀਅਨਸ ਦੇ ਬੱਚੇ ਨਹੀਂ, ਇਹ ਸਾਡੇ ਆਪਣੇ ਬੱਚੇ ਨੇ। ਐਜ਼ ਅ ਸੋਸਾਇਟੀ ਸਾਡਾ ਫਰਜ਼ ਬਣਦਾ, ਅਸੀਂ ਕਿਸੇ ਨਾ ਕਿਸੇ ਐਂਗਲ 'ਚ ਇਹਨਾਂ ਨੂੰ ਸਪੋਰਟ ਕਰੀਏ। ਹੁਣ ਇਹ ਗੁਰਪੁਰਬ ਲੰਘ ਕੇ ਗਿਆ, ਤੁਸੀਂ ਆਪਣੇ ਜ਼ਮੀਰਾਂ ਨਾਲ ਪੁੱਛੋ, ਤੁਸੀਂ ਗੁਰਪੁਰਬ ਕਿਵੇਂ ਬਣਾਇਆ? ਕਿਆ ਤੁਸੀਂ ਗੁਰੂ ਨਾਨਕ ਦੇ ਦਿੱਤੇ ਹੋਏ ਜੋ ਸਾਨੂੰ ਪ੍ਰਿੰਸੀਪਲ ਸਿਖਾ ਕੇ ਗਏ ਨੇ ਉਹ ਅਸੀਂ ਫੋਲੋ ਕੀਤੇ ਨੇ? ਕਿਹਦਾ ਤੁਸੀਂ ਕਰ ਰਹੇ ਹੋ? ਕਿਆ ਵੰਡ ਕੇ ਛੱਕ ਰਹੇ ਹਾਂ? ਜੇ ਆਪਾਂ ਵੰਡ ਕੇ ਛੱਕ ਰਹੇ ਹੁੰਦੇ, ਆਪਾਂ ਸਰਕਾਰਾਂ ਵੱਲ ਝਾਤ ਨਾ ਮਾਰ ਰਹੇ ਹੁੰਦੇ, ਆਪਣਾ ਫਰਜ਼ ਸਮਝਦੇ ਹੋਏ ਅਸੀਂ ਸੋਸਾਇਟੀ ਨੂੰ ਜ਼ਰੂਰ ਬੈਕ ਕਰ ਰਹੇ ਹੁੰਦੇ। ਮੈਂ ਇਸ ਬੱਚੇ ਵੱਲ ਦੇਖ ਰਿਹਾ ਸੀ, ਮੈਂ ਅਸੀਂ ਖੜੇ ਹੋਏ ਨਹੀਂ ਲੋਕਾਂ ਸਰ, ਚੱਪਲ ਨਾ, ਉਹ ਚੱਪਲ ਵੀ ਥੱਲੋਂ ਉਹਨੇ ਕਿੱਲ ਨਾਲ ਫਸਾਈ ਹੋਈ ਹੈ ਨਾ। ਤੁਸੀਂ ਸੋਚ ਸਕਦੇ ਕਿੰਨਾ ਕੁ ਬੁਰਾ ਹਾਲ ਹੈ ਇਸ ਬੱਚੇ ਦਾ, ਦਿਖਾ ਰਿਹਾ ਸੀ ਮੈਂ। ਇੱਧਰ ਆਇਆ ਬੱਚੇ, ਦੱਸੀ ਦੇ ਸ਼ੂਜ਼ ਦੇਖੋ, ਠੀਕ ਹੈ? ਤੁਸੀਂ ਈਜ਼ਲੀ ਫਾਈਨ ਆਊਟ ਕਰ ਸਕੋ ਤੁਹਾਡੀ ਸੇਵਾਵਾਂ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੈ। ਮੈਂ ਤੁਹਾਨੂੰ ਬਾਰ ਬਾਰ ਕਹਿ ਰਹੇ ਹਾਂ, ਇਹ ਦਸੰਬਰ ਦਾ ਮਹੀਨਾ ਬਿਲਕੁਲ ਆਉਣ ਵਾਲਾ ਹੈ, ਉਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋੜ ਮੇਲੇ ਵੀ ਲੱਗਣੇ ਹੈ ਨਾ, ਔਰ ਸ਼ਹੀਦੀ ਜਦ ਤੁਸੀਂ ਆਹ ਸ਼ੂਜ਼ ਦੇਖੋ, ਇਹ ਕਿਵੇਂ ਇਹਨਾਂ 'ਚ ਕੌਨਫੀਡੈਂਸ ਜਨਰੇਟ ਹੋਏਗਾ, ਕਿਵੇਂ ਮੇਨ ਸਟ੍ਰੀਮ ਸੋਸਾਇਟੀ ਨਾਲ ਕੰਪੀਟ ਕਰਨਗੇ ਨਾ। ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਦਸੰਬਰ ਦਾ ਮਹੀਨਾ ਵੀ ਆਉਣ ਵਾਲਾ ਹੈ, ਸ਼ਹੀਦੀ ਜੋੜ ਮੇਲੇ ਵੀ ਲੱਗਣਗੇ। ਤੁਸੀਂ ਆਪਣੇ ਜ਼ਮੀਰਾਂ ਨੂੰ ਪੁੱਛ ਕੇ ਦੇਖੋ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿਹੜੇ ਲੰਗਰਾਂ ਦੀ ਲੋੜ ਹੈ? ਕਿਆ ਦਵਾਈਆਂ ਦੇ ਲੰਗਰਾਂ ਦੀ ਲੋੜ ਨਹੀਂ ਹੈ? ਕਿਆ ਇਹਨਾਂ ਦੇ ਜੋ ਸਵੈਟਰਸ ਨੇ ਸਰਦੀਆਂ ਦੇ ਉਹਨਾਂ ਦੀ ਲੋੜ ਨਹੀਂ ਹੈ? 400 ਰੁਪਏ ਸਰਕਾਰੀ ਗ੍ਰਾਂਟ ਆਉਂਦੀ ਹੈ, ਉਹ ਵੀ 2015 ਤੋਂ ਬਾਅਦ ਬਿਲਕੁਲ ਨਹੀਂ ਆ ਰਹੀ ਹੈ, ਔਰ ਤੁਸੀਂ ਜਾਣਦੇ ਹੀ ਹੋ ਗਵਰਨਮੈਂਟ ਕਫਰਸ ਆਲਰੇਡੀ ਐਮਪਟੀ ਹੋ ਚੁੱਕੇ ਹੈ, ਉਹਨਾਂ ਕੋਲ ਕੋਈ ਪੈਸਾ ਨਹੀਂ ਹੈਗਾ। 22 ਤਰੀਕ ਦੇ ਟ੍ਰਿਬਿਊਨ ਦੇ ਫਰੰਟ ਪੇਜ 'ਤੇ ਬੋਟਮ 'ਤੇ ਨਿਊਜ਼ ਲੱਗੀ ਹੋਈ ਹੈ, 400 ਕਰੋੜ ਰੁਪਏ ਟੀਚਰਸ ਦੀ ਸੈਲਰੀ ਹੈ, ਔਰ 550 ਕਰੋੜ ਰੁਪਏ ਪੈਨਸ਼ਨ ਦਾ ਬਿੱਲ, ਯਾਨੀ ਕਿ 950 ਕਰੋੜ ਰੁਪਏ, ਔਰ ਐਜੂਕੇਸ਼ਨ ਡਿਪਾਰਟਮੈਂਟ ਆਲਰੇਡੀ ਡਿਗ ਆਊਟ ਕਰ ਚੁੱਕਿਆ ਹੈ ਜੋ ਉਹਨਾਂ ਦਾ 300 ਕਰੋੜ ਰੁਪਇਆ ਫਿਕਸ ਡਿਪੋਜ਼ਿਟ ਹੈ, ਉਹਨਾਂ ਕੋਲ ਸੈਲਰੀਜ਼ ਦੇਣ ਤੱਕ ਦੇ ਪੈਸੇ ਨਹੀਂ ਹੈਗੇ। ਆਪਣੇ ਆਪ ਨੂੰ ਸੋਚ ਕੇ ਦੇਖੋ ਇਹਨਾਂ ਦੇ ਉਹ ਜਿਹੜੇ ਗ੍ਰਾਂਟਸ ਹੈ ਕਿਵੇਂ ਆਉਣਗੀਆਂ। ਉੱਪਰੋਂ ਇਨ ਦਾ ਨੇਮ ਆਫ ਸਮਾਰਟ ਸਕੂਲ 32 ਕਰੋੜ ਰੁਪਏ ਦਾ ਸਰਕਾਰ ਨੇ ਹੋਰ ਬੋਝਾ ਪਾਤਾ ਐਜੂਕੇਸ਼ਨ ਡਿਪਾਰਟਮੈਂਟ ਦੇ ਉੱਪਰ। ਬਹੁਤ ਜ਼ਿਆਦਾਤਰ ਜੋ ਸਕੂਲਸ ਨੇ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਬੁਨਿਆਦੀ ਸਹੂਲਤਾਂ ਤੋਂ ਵੀ, ਔਰ 32 ਕਰੋੜ ਰੁਪਏ ਹੋਰ ਅਸੀਂ ਜਨਰੇਟ ਕਰ ਰਹੇ ਹਾਂ ਐਕਸਟਰਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਉੱਪਰ ਬਰਡਨ ਪਾ ਰਹੇ ਹਾਂ ਕਿ ਉਹ ਸਮਾਰਟ ਸਕੂਲ ਡਿਵੈਲਪ ਕਰੇ। ਤੁਸੀਂ ਸਮਝ ਰਹੇ ਹੋ ਅਸੀਂ ਐਜੂਕੇਸ਼ਨ ਸਾਰੀ ਪ੍ਰਾਇਓਰਟੀ ਬਿਲਕੁਲ ਨਹੀਂ ਰਹੀ ਹੈ। ਔਨ ਦੀ ਵੈਰੀ ਅਦਰ ਹੈਂਡ ਆਪਾਂ ਗੱਲ ਕਰੀਏ ਆਪਣੇ ਰਿਲੀਜੀਅਸ ਇੰਸਟੀਟਿਊਸ਼ਨ ਦੀ, ਜਿਨ੍ਹਾਂ ਨੂੰ ਸਾਡੇ ਧਰਮ ਦੇ ਠੇਕੇਦਾਰਾਂ ਨੇ ਜ਼ਿਆਦਾਤਰ ਦੀ ਗੱਲ ਕਰ ਰਹੇ ਹਾਂ ਆਲਰੇਡੀ ਵੀਕ ਕਰ ਦਿੱਤਾ ਗਿਆ, ਸਾਡੀ ਵਿਜ਼ਨ ਇੰਨੀ ਡਾਈਵਰਟ ਕਰ ਦਿੱਤੀ ਗਈ ਹੈ ਕਿ ਅਸੀਂ ਆਪਣੇ ਧਾਰਮਿਕ ਸਥਾਨ, ਚਾਹੇ ਉਹ ਮੰਦਰ ਹੋਣ ਚਾਹੇ ਉਹ ਗੁਰਦੁਆਰੇ ਹੋਣ, ਉਹਨਾਂ ਤੋਂ ਮਹਿੰਗੇ ਤੋਂ ਮਹਿੰਗਾ ਇਟੈਲੀਅਨ ਮਾਰਬਲ ਲਾ ਲਈਏ, ਕਿਲੋ ਕਿਲੋ ਸੋਨਾ ਚੜ੍ਹਾ ਲਈਏ ਟੋਪ 'ਤੇ, ਇਸੇ ਜੋਗੇ ਸਾਡੀ ਵਿਜ਼ਨ ਨੂੰ ਡਾਈਵਰਟ ਕਰ ਦਿੱਤਾ ਗਿਆ। ਕਿਆ ਇਹ ਪੋਸੀਬਲ ਨਹੀਂ ਹੈ ਕਿ ਗੁਰੂ ਘਰ ਸਿੰਪਲ ਹੋਣ ਔਰ ਆਸ ਪਾਸ ਦੇ 10 ਕਿਲੋਮੀਟਰ ਰੇਡੀਅਸ 'ਚ ਉਹ ਕੁਛ ਆਪਣੇ ਸਕੂਲ ਅਡੋਪਟ ਕਰ ਲੈਣ? ਇਸ ਬਾਰੇ ਸੋਚ ਕੇ ਦੇਖਿਓ, ਕਿਆ ਜਦ ਅਸੀਂ ਐਜ਼ ਅ ਸੋਸਾਇਟੀ ਆਪਣੇ ਰਿਲੀਜੀਅਸ ਇੰਸਟੀਟਿਊਸ਼ਨਸ 'ਤੇ ਇੰਨਾ ਮਹਿੰਗਾ ਮਾਰਬਲ ਲਗਾ ਸਕਦੇ ਹਾਂ, ਸੋਨਾ ਲਗਾ ਸਕਦੇ ਹਾਂ, ਕਿਆ ਅਸੀਂ ਇਹਨਾਂ ਬੱਚਿਆਂ ਦੇ ਲੰਗਰ ਨਹੀਂ ਲਾ ਸਕਦੇ? ਫੀਸਾਂ ਦੇ, ਵਰਦੀਆਂ ਦੇ, ਸਮਾਜ ਦੀ ਸਿਰਜਣਾ ਨੇ ਇਹਨਾਂ ਨੇ ਕਰਦੀਆਂ ਨਾ, ਆਪਣੇ ਆਪ ਨੂੰ ਪੁੱਛ ਕੇ ਦੇਖਿਓ ਇਹ। ਔਰ ਜੇ ਤੁਸੀਂ ਸੇਵਾ 'ਚ ਸਹਿਯੋਗ ਪਾਉਣਾ ਚਾਹੁੰਦੇ ਹੋ, ਤੁਸੀਂ ਟੀਮ ਨਾਲ ਜੁੜ ਸਕਦੇ ਹੋ, ਸਾਡੇ ਕੋਲ ਬਹੁਤ ਜ਼ਿਆਦਾ ਲਿਸਟ ਟੀਚਿੰਗ ਕਮਿਊਨਿਟੀ ਨਾਲ ਪ੍ਰੋਵਾਈਡ ਕੀਤੀਆਂ ਹੋਈਆਂ, ਤੁਸੀਂ ਡਾਇਰੈਕਟਲੀ ਸਾਡੇ ਤੋਂ ਲਿਸਟ ਲੈ ਸਕਦੇ ਹੋ, ਡਾਇਰੈਕਟਲੀ ਇਹਨਾਂ ਸਕੂਲਾਂ ਦੀ ਸੇਵਾ ਕਰ ਸਕਦੇ ਹੋ। ਜ਼ਰੂਰੀ ਨਹੀਂ ਸਾਡੇ ਥਰੂ ਜਾ ਕੇ ਆਓ ਨਾ,
ਤੁਸੀਂ ਕਾਈਂਡਲੀ ਇਸ ਗੁਰਪੁਰਬ ਲੰਘ ਕੇ ਗਿਆ, ਤੁਸੀਂ ਬਹੁਤ ਜ਼ਿਆਦਾ ਫੋਰਵਰਡ ਮੈਸੇਜ ਕੀਤੇ ਨੇ ਗੁਰਪੁਰਬ ਦੇ, ਇਰਰੈਲੀਵੈਂਟ ਮੈਸੇਜ ਜੋ ਕਿ ਸਿਰਫ ਬੋਦਰੇਸ਼ਨ ਹੈ। ਤੁਹਾਡੇ ਤੋਂ ਪਲੀਜ਼ ਅਪੀਲ ਕਰ ਰਹੇ, ਤੁਸੀਂ ਇਹਨਾਂ ਵੀਡੀਓਜ਼ ਨੂੰ ਅੱਗੇ ਸਰਕੂਲੇਟ ਕਰੋ ਤਾਂ ਕਿ ਟੀਚਿੰਗ ਕਮਿਊਨਿਟੀ ਤੱਕ ਸਾਡੀ ਰੀਚ ਬਣ ਸਕੇ, ਔਰ ਕੁਝ ਦਾਨੀ ਸੱਜਣ ਆ ਕੇ ਡਾਇਰੈਕਟਲੀ ਇਹਨਾਂ ਸਕੂਲਸ ਦੀ ਸਪੋਰਟ ਕਰ ਸਕਣ। ਜੇ ਤੁਸੀਂ ਸਾਡੇ ਨਾਲ ਸਹਿਮਤ ਰੱਖਦੇ ਹੋ ਤਾਂ ਪਲੀਜ਼ ਇਹਨਾਂ ਇਹਨਾਂ ਵੀਡੀਓਜ਼ ਨੂੰ ਸਰਕੂਲੇਟ ਕਰਦੇ ਰਹੋ, ਵੀਡੀਓ ਪੋਸਟ ਕਰਦੇ ਹੋਏ ਫਤਿਹ ਪ੍ਰਵਾਨ ਕਰਦੇ ਹੋ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।